ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕਰਿਆਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਲਾਟੀ ਡੇਅਰੀ ਫਾਰਮ ਤੇ ਪਹੁੰਚੇ ਹਾਂ ਦੋਸਤੋ, ਵੀਰ ਗੋਪੀ ਦੇ ਕੋਲ। ਅੱਜ ਇਸ ਵੀਡੀਓ ਦੇ ਵਿੱਚ ਨਗ ਦੋਸਤੋ ਤੁਹਾਨੂੰ ਆਪਾਂ ਇੱਕ ਸਿੰਗਲ ਨਗ ਹੀ ਦਿਖਾਉਣਾ, ਇੱਕ ਵੈੜ ਦਿਖਾਵਾਂਗੇ ਤੁਹਾਨੂੰ, ਬਿਲਕੁਲ ਤਾਜ਼ੀ ਸੱਜਰ ਸੂਈ ਆ। ਸੋ ਕਰੋਸ ਅੰਗ ਦੇ ਵਿੱਚ ਆ, ਪੂਰੀ ਡਿਟੇਲ ਵੀਰ ਗੋਪੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਮਗਰ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ, ਵੱਛੀ ਆ। ਸੋ ਕਦੋਂ ਦੀ ਸੂਈ ਆ, ਕਿੰਨਾ ਬੌਲਾ ਤੇ ਕੀ ਡਿਟੇਲ ਆ ਦੋਸਤੋ, ਕੀ ਮੁੱਲ ਰਹਿਣ ਵਾਲਾ, ਪੂਰੀ ਗੱਲਬਾਤ ਦੇ ਲਈ ਚੱਲਦੇ ਹਾਂ ਵੀਰ ਗੋਪੀ ਦੇ ਕੋਲ, ਪੁੱਛ ਲੈਂਦੇ ਹਾਂ ਕੀ ਡਿਟੇਲ ਆ। ਅੱਜ ਤਰੀਕ ਦੋਸਤੋ 9 ਸਤੰਬਰ ਤੇ ਸਮਾਂ ਕੋਈ ਮੋਰਨਿੰਗ ਦੇ 8:30 ਵਜੇ ਦਾ। ਆਓ ਕਰਦੇ ਹਾਂ ਗੱਲਬਾਤ ਵੀਰ ਗੋਪੀ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਇਸ ਵੈੜ ਦੀ। ਸਭ ਤੋਂ ਪਹਿਲਾਂ ਵੀਰੇ ਗੋਪੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜ ਵੀਰੇ, ਹੋਰ ਕੀ ਹਾਲ ਚਾਲ ਨੇ? ਬਹੁਤ ਵਧੀਆ ਵੀਰ, ਗੁਰਪ੍ਰੀਤ ਠੀਕ ਠਾਕ ਜੀ? ਰਾਜ ਸੰਧੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਅੱਛਾ ਵੀਰ ਗੁਰਪ੍ਰੀਤ, ਨਾਗਾ ਚ ਆਪਣੇ ਕੋਲ ਵੈਸੇ 2 ਕ ਸੀਗੇ ਤੇ ਫਿਲਹਾਲ ਉਹ ਅੱਜ ਮਾਰਨਿੰਗ ਸੁਬਾ ਜਿਹੜੇ ਸੁਬਾ, ਹਾਂ ਉਹ ਵੈਡ ਬਹੁਤ ਚੰਗੀ ਹੋ ਗਈ, ਠੀਕ ਹੈ, ਪਰ ਉਹ ਸੇਲ ਹੋ ਗਈ, ਠੀਕ ਹੈ ਜੀ। ਫਿਰ ਸੋਚਿਆ ਵੀ ਇੱਕ ਵਾਰੀ ਫਿਲਹਾਲ ਇੱਕ ਹੀ ਦਿਖਾ ਦਈਏ ਅੱਜ। ਹਾਂ ਫਿਰ ਇੱਕ ਹੀ ਮਹਾ ਮੀਡੀਆ ਤੇ ਰਾਈ ਰੂਬ ਰੂ ਦਾ ਬੰਦਾ ਬਣਿਆ ਰਹਿੰਦਾ ਇਹਨਾਂ ਨਾਲ ਵੀ, ਕੋਈ ਭੈਣ ਭਰਾ ਜੁੜਿਆ ਰਹਿੰਦਾ ਆਪਣੇ ਨਾਲ। ਹਾਂ ਕਿਉਂਕਿ ਅੱਜ ਦੋਸਤੋ ਨਾਗ ਜਿਹੜੇ ਆ 2 ਤੋਂ 3 ਦੋਗ ਨਾਗ ਜਿਹੜੇ ਪਾਉਣੇ ਸੀਗੇ, ਇੱਕ ਵੈੜ ਬੜੀ ਚੰਗੀ ਸੀ ਕੋਈ 20+ ਲੀਟਰ ਵਾਲੀ, ਠੀਕ ਹੈ ਜੀ, ਉਹ ਸੇਲ ਹੋ ਚੁੱਕੀ ਆ। ਅੱਜ ਮਾਰਨਿੰਗ ਕੋਈ ਕਸਟਮਰ ਆਏ, ਗਾਹਕ ਆਏ, ਠੀਕ ਹੈ ਜੀ, ਇੱਕ ਕੱਲ ਕੱਟੀ ਸੀ ਬੜੀ ਚੰਗੀ, ਉਹ ਵੀ ਕੱਲ ਸ਼ਾਮੀ ਹੋ ਗਈ ਸੇਲ, ਠੀਕ ਹੈ ਜੀ। ਹਾਂਜੀ ਠੀਕ ਆ। ਅੱਛਾ ਵੀਰ ਗੁਰਪ੍ਰੀਤ, ਜਿਹੜੀ ਆਪਣੇ ਕੋਲ ਇਹ ਵੈੜ ਆ ਵੀਰੇ, ਇਹ ਤਾਜ਼ੀ ਸੱਜਰੀ ਸੂਈ ਹੈ ਤੇ ਅੱਜ ਦਿਨ ਕਿੰਨਵਾਂ ਨੂੰ ਹੋ ਗਿਆ? ਇਹਨੂੰ ਅੱਜ 3ਜਾ ਦਿਨ ਜੀ, ਤੇਜਾ ਦਿਨ, ਹਾਂ ਪਰਸੋਂ ਸ਼ਾਮੀ ਸੂਈ, ਠੀਕ ਹੈ ਜੀ, ਪਰਸੋਂ ਸ਼ਾਮੀ ਦੋਸਤੋ ਇਹ ਸੂਈ ਆ, ਅੱਜ 3ਜਾ ਦਿਨ ਆ। ਬੱਚਾ ਮਗਰ ਵੱਛੀ ਆ, ਹਾਂਜੀ, ਮਗਰ ਵੱਛੀ ਫੀਮੇਲ ਕਾਫ ਆ, ਤੇ ਸੂਆ ਵੀਰ ਗੋਪੀ ਕਿੰਨਵਾਂ ਦੱਸਿਆ? ਦੂਜਾ ਸੂਆ, ਦੂਜਾ ਸੂਆ, ਲਓ ਜੀ ਨਾੜੂਆ ਬਿਲਕੁਲ ਬੱਚੇ ਦੇ ਨਾਲ ਆ, ਡੱਬੀ ਮਗਰ ਵੱਛੀ ਆ, ਆ ਫੀਮੇਲ ਕਾਫ ਆ, ਠੀਕ ਹੈ ਜੀ। ਅੱਜ ਵੀਰ ਗੋਪੀ 3ਜੇ ਦਿਨ ਦੇ ਦੌਰਾਨ ਵੈਸੇ ਕੋਈ 2 ਡੰਗ 3 ਡੰਗ ਚੁਆਈ ਕਰ ਲਈ ਆ? ਹਾਂ ਕਰ ਲਈ ਆ। ਬੋਲਾ ਵੈਸੇ ਕਿੰਨਾ ਕਾ? 14 ਲੀਟਰ ਹੋਊ, ਆਪਾਂ 13 ਦੀ ਗਰੰਟੀ ਦੇਵਾਂਗੇ, ਕੋਈ ਵੀਰ ਧਾਰੋਂ ਨਾ ਮਾਰੇ ਪਾਉਂ, ਠੀਕ ਹੈ ਜੀ। ਬਾਕੀ ਵੀਡੀਓ ਦੇ ਵਿੱਚ ਆਪਾਂ ਧਾਰਾਂ ਮਾਰ ਕੇ ਵਿਖਾ ਦੇਣੀਆਂ, ਕੋਈ ਜੂੜ ਨਹੀਂ ਪਾਉਣਾ ਕੋਈ ਨਹੀਂ, ਇਤਨੇ ਠੰਡੀ ਸੀ, ਠੰਡੀ ਤੀਰੀ ਇਸੇ ਤਰ੍ਹਾਂ ਚਵਾਈ, ਹਾਂ ਇਸੇ ਤਰ੍ਹਾਂ। ਲਓ ਵੀ ਇੱਕ ਵਾਰੀ ਦੱਸੋ, ਪਸ਼ੂ ਸੂਣ ਤੋਂ ਬਾਅਦ ਨੋਰਮਲ ਜੇ ਸਾਰੇ ਵੀਰ ਸਾਰੇ ਸਿਆਣੇ ਆ, ਠੀਕ ਹੈ ਜੀ, ਤਹਿ ਜੀ ਲਾ ਜਾਂਦਾ ਪਸ਼ੂ, ਸਿੱਧਾ ਸੁੱਧਾ ਹੋਣ ਦੇ ਵਿੱਚ ਕੋਈ 5-7 ਦਿਨ ਪਸ਼ੂ ਨੂੰ ਲੱਗ ਜਾਂਦੇ ਆ। ਤੇ ਵੀਰ ਦੱਸ ਰਿਹਾ ਵੀ 14 ਕ ਲੀਟਰ ਜਿਹੜਾ ਬੋਲਾ ਇਹਦੇ ਥੱਲੇ ਜਿਹੜਾ ਬਿਲਕੁਲ ਹੁਣ ਹਾਜ਼ਰ ਆ, ਕੋਈ ਵੀ ਵੀਰ ਆਪਣੀ 2 ਡੰਗ ਚੁੱਕ ਕੇ 3 ਟਾਈਮ ਚੁੱਕ ਕੇ ਆਪਣੀ ਤਸੱਲੀ ਕਰ ਲਿਓ, ਠੀਕ ਆ, ਮਗਰ ਵੱਛੀ ਆ, ਸੂਬਾ ਦੂਜਾ। ਲਓ ਵੀਰ ਗੋਪੀ ਇੱਕ ਵਾਰੀ ਤੋੜ ਕੇ ਦਿਖਾ ਦਈਏ ਵੀਰਾਂ ਨੂੰ, ਖੋਲ ਕੇ ਮਾੜਾ ਜਿਹਾ। ਸਾਨੂੰ ਤੁਹਾਨੂੰ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ, ਬਾਕੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਰਹੇ ਜੇ, ਠੀਕ ਆ ਜੀ। ਸੋ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਰਹੇ ਹਾਂ, ਵੀ ਕਿਸੇ ਰਕਮ ਦੀ ਕੋਈ ਭੂਰ ਛੱਟੇ ਵਾਲੀ ਗੱਲਬਾਤ ਹੋਈ ਤੇ ਵਿੱਚੇ ਪਤਾ ਲੱਗ ਜੂਗੀ ਤੁਹਾਨੂੰ, ਠੀਕ ਆ ਜੀ। ਜੇਕਰ ਨਹੀਂ ਤੇ ਵੇਰਵਾ ਆਪਾਂ ਪਾ ਦਿਆਂਗੇ ਵੀ ਨਹੀਂ ਕਿਸੇ ਰਕਮ ਦਾ ਕੋਈ ਭੂਰ ਛੱਟਾ ਨਹੀਂ ਗਾ। ਬਾਕੀ ਥਣ ਤੁਸੀਂ ਵੇਖੋ, ਪੂਰਾ ਹੱਥੀ ਚਵਾਈ ਵਾਲਾ ਥਣ ਆ, ਮੁੱਠੀ ਥਣ ਲੱਗਾ ਵੈੜ ਨੂੰ। ਲਓ ਜੀ ਆਹ ਫੇਸ ਕੁਆਲਿਟੀ ਤੋਂ, ਠੀਕ ਆ, ਵਾਈਟ ਫੇਸ ਦੇ ਵਿੱਚ ਆ, ਤੋਂ ਮੋਟੇ ਡੱਬ, ਲੰਬਾ ਥਣ, ਤੋਂ ਚੋਣ ਚਾਣ ਦੀ 1 ਨੰਬਰ ਆ, ਠੀਕ ਆ ਜੀ। ਤੇ ਕੱਦ ਵੀ ਜਿਹੜਾ ਦੋਸਤੋ ਮੀਡੀਅਮ ਹਾਈਟ ਵੀ ਤੁਸੀਂ ਮੰਨ ਸਕਦੇ ਜੇ, ਮੀਡੀਅਮ ਹਾਈਟ ਦੇ ਵਿੱਚ ਆ। ਇੱਕ ਵਾਰੀ ਸੂਸਵਾ ਦੇ ਵਿੱਚ ਪਸ਼ੂ ਆਇਆ, ਠੀਕ ਆ ਜੀ, ਅੱਜ 3ਜਾ ਦਿਨ ਆ, ਮਗਰ ਵੱਛੀ ਆ, ਠੀਕ ਆ ਜੀ। ਇੱਕ ਵਾਰੀ ਫਿਰ ਆਪਾਂ ਰਿਪੀਟ ਕਰ ਦਿੰਦੇ ਆ, ਤੇ ਚੋਣ ਚਾਣ ਜਿਹੜਾ ਤੁਸੀਂ ਨਾਲ ਹੀ ਪਸ਼ੂ ਨੂੰ ਦੇਖ ਹੀ ਲਿਆ, ਠੀਕ ਆ। ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਤੇ ਆਪਾਂ ਹਰ ਵਾਰ ਕਹਿੰਦੇ ਆ ਵੀ ਇੱਥੇ ਆਣ ਕੇ ਆਪਣੀ ਤੁਸੀਂ 1 ਟਾਈਮ 2 ਟਾਈਮ ਚੋ ਕੇ ਤਸੱਲੀ ਕਰ ਲਿਓ, ਠੀਕ ਆ, ਮਗਰ ਵੱਛੀ ਫੀਮੇਲ ਕਾਫ। ਲੈ ਵੀ ਵੀਰ ਗੋਪੀ ਇਹਦੀ ਡਿਮਾਂਡ ਦੱਸ ਦੇ ਵੀਰ, ਕੀ ਕਰਨਾ ਰਾਜ ਵੀਰ? ਕਰ ਨੂੰ 55 ਕਰ ਲਈਏ, 54 ਕਰ ਲਈਏ, ਸਾਰੀਆਂ ਰੱਸੇ ਪੈੜੇ ਵੱਢ ਗਏ,
50,000 ਦੀ ਹਾਂ ਜਾਣਾ ਕਰਦਾ ਰੱਸੇ ਪੈੜੇ ਵੱਢ ਕੇ ਸਾਰੇ। ਇਹ ਨੀ ਵੀ ਕਈ ਵੀਰ ਮੁੜ ਕੇ ਕਰ ਦਿੰਦੇ ਆ ਵੀ 55 ਕਰ ਲਈਏ 40 ਲੈ ਲਓ 45 ਉਹ ਨੀ ਠੀਕ ਹੈ ਜਿੱਥੇ ਆਪਾਂ ਬਸ ਜਿੱਥੇ ਦੇਣੀ ਹੈ 50 ਹੈ ਹਾਂ 50,000 ਰੁਪਇਆ ਠੀਕ ਹੈ ਥੋੜਾ ਬਹੁਤਾ ਹੋ ਜਾਊਗਾ ਵਿੱਚ ਆ ਵਿੱਚੋਂ ਕੋਈ ਥੋੜਾ ਬਹੁਤਾ ਮਾਨ ਤਾਨ ਕਰ ਦਾਂਗੇ ਪਰ ਇਹਨਾਂ ਵੀ ਵੀਰ ਭਾਵੇਂ 2 ਟਾਈਮ ਚੋਂ 3 ਚੋ ਗਿਆ ਆਪਦੀ ਤਸੱਲੀ ਕਰਨ ਵੀ ਠੀਕ ਆਖਣ ਕੇ ਬੈਠ ਨੂੰ ਚਵਾ ਲੱਗਾ ਵਾ ਠੀਕ ਹੈ ਜੀ ਹਾਂ ਲਓ ਵੀ ਭਰਾਵੋ ਠੀਕ ਆ ਸੋ ਇਹ ਜਿਹੜੀ ਦੋਸਤੋ ਡਿਮਾਂਡ ਕਰ ਦਿੱਤੀ ਹੈ ਵੀਰ ਨੇ ਠੀਕ ਆ ਜੀ 52 55 ਕੁਛ ਵੀ ਇੱਕ ਰਾਜ ਵੀ ਦੇ ਹਰੇਕ ਹੀ ਆ ਗਏ ਵੀਰ ਭਰਾਵਾਂ ਦਾ ਵੀ ਸਾਡੀਆਂ ਸਿੰਘਣੀਆਂ ਨੇ ਚੋਣੀਆਂ ਹਾਂ ਇਹ ਆ ਵੀ ਹੈਗੀ ਵੀ ਸਿੰਘਣੀਆਂ ਦੇ ਚੋਣ ਵਾਲੀ ਆ ਇੱਕ ਰੇ ਬੀਬੀਆਂ ਭੈਣਾਂ ਦੇ ਚੋਣ ਵਾਲੀ ਹਾਂ ਵੀ ਮਿੱਠੀ ਆ ਵੀ ਕਿਸੇ ਤਰ੍ਹਾਂ ਦਾ ਜੂੜ ਜੜ ਪਾਉਣ ਦੀ ਲੋੜ ਨਹੀਂ ਕੋਈ ਲੋੜ ਹੀ ਨਹੀਂ ਲਓ ਵੀ ਭਰਾਵੋ ਠੀਕ ਆ ਜੀ ਸੋ ਚਵਾਈ ਨਾਲ ਦੀ ਨਾਲ ਤੁਸੀਂ ਦੇਖ ਰਹੇ ਜੇ ਬਿਨਾਂ ਰੱਸੀ ਬਿਨਾਂ ਵੰਗਾ ਪਾਏ ਜਿਹੜੀ ਦੋਸਤੋ ਨਾਲ ਦੀ ਨਾਲ ਚਵਾਈ ਕਰਕੇ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਤੇ ਆਪਣਾ ਫਰਜ਼ ਬਣਦਾ ਬਾਕੀ ਤੁਹਾਡਾ ਵੀ ਫਰਜ਼ ਬਣਦਾ ਪੈਸੇ ਦੋਸਤੋ ਬਹੁਤ ਔਖੇ ਬਣਦੇ ਆ ਕਿਸੇ ਵੀਰ ਨੇ ਵੀ ਪੈਸੇ ਖਰਚ ਕਰਨੇ ਆ ਚਾਹੇ ਵੀਰ ਕੋਈ ਗੋਪੀ ਦੇ ਬਿਲਕੁਲ ਇਸ ਕਿੱਲੇ ਦੀ ਗੱਲ ਕਰ ਲਈਏ ਚਾਹੇ ਆਪਾਂ ਹੋਰ ਕਿਸੇ ਵੀ ਵਪਾਰੀ ਵੀਰ ਦੇ ਕਿੱਲੇ ਦੀ ਗੱਲ ਕਰ ਲਈਏ ਆਪਾਂ ਵਾਰ ਵਾਰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਵੀ ਕੱਲ੍ਹ ਨੂੰ ਇਹ ਨਾ ਕਿਹੋ ਵੀ ਦੁੱਧ ਵੀਰੇ ਘੱਟ ਆ ਜਾਂ ਨਹੀਂ ਘੱਟ ਹੁਣ ਬੋਲਾ ਹੈ ਦੁੱਧ ਤੁਹਾਡੀ ਸੇਵਾ ਦਾ ਚੰਗੀ ਸੇਵਾ ਕਰੋਗੇ ਦੁੱਧ ਚੰਗਾ ਲੈ ਲਓਗੇ ਠੀਕ ਆ ਤੇ ਇੱਕ ਵੀਰ ਗੋਪੀ ਆਪਣੇ ਨੰਬਰ ਕਰ ਦਈਏ ਸਾਂਝੇ 9915878778 ਠੀਕ ਹੈ ਜੀ ਲਓ ਵੀ ਦੋਸਤੋ ਇਹ ਸਨ ਨਾਲ ਮੇਰੇ ਵੀਰ ਗੋਪੀ ਪਿੰਡ ਘਰਿਆਲਾ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਵੱਛੀ ਬਹੁਤ ਚੰਗੀ ਠੀਕ ਆ ਜੀ ਸੋ ਮਗਰ ਵੱਛੀ ਬਹੁਤ ਚੰਗੀ ਆ ਬੁਲਬੁਲ ਦਾ ਬੱਚਾ ਹੀ ਆ ਡੱਬੀ ਮਗਰ ਵੱਛੀ ਆ ਠੀਕ ਆ ਜੀ ਰੰਗ ਪ੍ਰਿੰਟ ਦੇ ਵਿੱਚ ਸੋ ਨਸਲ ਬਰੀਡ ਦੇ ਵਿੱਚ ਆ ਮਗਰ ਠੀਕ ਆ ਜੀ ਸੋ ਕੋਈ ਚੰਗੀ ਵੀਰ ਕੇਅਰ ਕਰਕੇ ਇਹਨੂੰ ਵੀ ਸਾਂਭ ਸੰਭਾਲ ਲਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਰਮਾਂ ਲਈ ਵਾਧੇ ਬੰਦੀ ਆ ਤਿਆਰ ਹੋ ਜੂਗੀ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।